ਸਾਨੂੰ ਨੀਂਦਾਂ ਅਤੇ ਮਾਘੀਆਂ ਕਿੱਥੇ ਰੱਖ ਰੂੜੀਆਂ ਸੋਚਦੀਆਂ, ਉਹ ਬੱਚੇ ਕਿਸਾਨ ਮੱਖਣਾਂ ਦੇ ਪਲੇ ਹੋਏ ਉੱਥੇ ਖਰਾਬ ਹੋ ਰਹੇ ਹੈ, ਉਹ ਔਖੇ ਹੈ। ਅਸੀਂ ਜ਼ਰੂਰ ਜਾਵਾਂਗੇ, ਨਾ ਅਸੀਂ ਸੌ ਕਤਰ ਲੈਂਦੇ ਹਾਂ, ਹੁਣ ਮੈਨੂੰ ਸੌ ਕੌਣ ਦੇਊਗਾ? ਕੰਗਣਾ ਨੂੰ ਕੋਈ ਰੱਬ ਦਾ ਕੌਮ ਖਾਣਾ ਚਾਹੀਦਾ ਸੀ। ਕਿੱਥੇ ਤਾਂ ਸਵੇਰੇ ਮਾਘੀ ਸੰਗਰਾਂਦ ਦੇ ਗੁਰੂਆਂ ਦਾ ਇਤਿਹਾਸ ਸਾਡੇ ਮੁਕਤਸਰ ਸ਼ਗਨ ਮਨਾਉਣੇ, ਅਤੇ ਕਿੱਥੇ ਅਸੀਂ ਅਫਸੋਸ ਨੂੰ ਫੜੇ ਹੋਏ ਹਾਂ। ਇੱਕ ਰਾਤ ਨੀਂਦ ਆਉਂਦੀ ਹੈ, ਅਗਲੀ ਰਾਤ ਨੀਂਦ ਨਹੀਂ ਆਉਂਦੀ, ਫਿਕਰ ਰਹਿੰਦਾ ਹੈ ਵੀ ਕਿਸਾਨ ਪਿਛੇੜਾ ਆਊ, ਮੀਂਹ ਆਊ, ਕਿ ਸਰਕਾਰਾਂ ਉਹਨਾਂ 'ਤੇ ਰਹਿਮ ਕਰ ਰਹੀਆਂ ਕਿ ਕਹਿਰ ਵਰਤਾਉਣ, ਅਤੇ ਮੋਦੀ ਸਰਕਾਰ ਉਹਨਾਂ ਨੂੰ ਬੱਚੇ ਤਾਂ ਬਣਾ ਨਹੀਂ ਦਿੱਤੇ, ਉਹਨਾਂ 'ਤੇ ਕੁਹਾੜਾ ਕਿਉਂ ਰੱਖੇ? ਉਹਨਾਂ 'ਤੇ ਰਹਿਮ ਕਰਨ, ਆਸ ਹੈ ਕਿ ਉਹਨਾਂ ਦੇ ਮਿਹਰ ਦਾ ਦਾਨ ਕਰਨ, ਕਿ ਉਹਨਾਂ ਦੀ ਵੋਟਾਂ ਨਾਲ ਤਾਂ ਉਹਨਾਂ ਨੂੰ ਰਾਜ ਮਿਲਿਆ, ਅਤੇ ਉਹਨਾਂ 'ਤੇ ਪਰਸਰਾਮ ਘੁਆੜਾ ਧਰੀ ਰੱਖੀ ਰੱਖਿਆ। ਦਿੱਲੀ ਗਏ ਸੀ ਭਾਈ ਅਸੀਂ, ਸਾਨੂੰ ਇੱਥੇ ਨਾ ਬਠਿੰਡੇ ਕੇਸ ਕਰਨਾ ਕੰਗਣਾ ਵਿਰੁੱਧ ਜ਼ਰੂਰੀ ਸੀ। ਕੰਗਣਾ ਨੇ ਨਾ ਹੀ ਤਾਂ ਕੋਈ ਮਿੰਨਤ ਕਰਿਆ, ਨਾ ਹੀ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਉਹ ਕਿਸਾਨਾਂ ਦੇ ਵਿਰੁੱਧ ਥੋੜ੍ਹਾ ਜਿਹਾ ਖਿਲਾਫ਼ ਬੋਲਦੀ ਸੀ, ਕਿਸਾਨਾਂ ਦੀ ਵੀ ਨਿੰਦਿਆ ਕਰਦੀ ਸੀ, ਅਤੇ ਮੇਰੇ ਵਰਗੀਆਂ ਬੁੜੀਆਂ ਗਈਆਂ ਤਾਂ ਆਪਦੇ ਕਿਸਾਨਾਂ ਦੇ ਦੁੱਖ ਵੰਡਾਉਣ ਆਪਦੀਆਂ ਜਾਇਦਾਦਾਂ ਖਾਤਰ, ਅਤੇ ਮਜ਼ਾਕ ਕਰਦੀ ਸੀ ਕਿ ਸੌ ਸੌ ਰੁਪਈਏ 'ਚ ਗਿੰਨੇ, ਅਤੇ ਦੁੱਖ ਦੇ ਸਮੇਂ 'ਚ ਤਾਂ ਇਹ ਫਿਰ ਨਾ ਜ਼ਿਆਦਾ ਕਿਸਾਨਾਂ ਦੇ ਹਿਰਦਿਆਂ 'ਤੇ ਨੂਣ ਜਾਂ ਭੁਗਤਾ ਉਹਨੇ, ਫਿਰ ਗੁੱਸਾ ਵੱਧ ਗਿਆ, ਅਤੇ ਲੜਨਾ ਹੀ ਪਊ ਆਪਦੇ ਦੁੱਖ ਦੀ ਖਾਤਰ। ਉਹਨਾਂ ਕੋਲ ਪੈਸੇ ਹੈ ਅਤੇ ਕੋਈ ਰਾਜਾ ਰਾਉਣ ਤੋਂ ਵੱਡੀ ਨਹੀਂ, ਜਿਹਨਾਂ ਕੋਲ ਸਿਉਣੇ ਦੀਆਂ ਲੈਂਕਾਂ ਸੀ। ਉਹ ਵੀ ਇਹਨਾਂ ਦੇ ਧੰਨ ਭਾਗ ਜਿਹੜੇ ਕਿਸਾਨਾਂ ਦੇ ਹੱਕ 'ਚ ਬੋਲਦੇ ਹੈ, ਉਹਨੂੰ ਵੀ ਮਹਾਰਾਜ ਲੰਮੀ ਉਮਰ ਕਰੇ, ਉਹਨਾਂ ਵੀ ਤੰਦਰੁਸਤੀਆਂ ਦੇਵੇ। ਜਿਹੜੇ ਹੱਕ ਦੇ ਸੰਘਰਸ਼ 'ਚ ਬੋਲਦੇ ਨੇ ਵੀ ਹੱਕ, ਉਹਨਾਂ ਨੂੰ ਕੋਈ ਦੁੱਖ ਪੀੜ ਹੋਊ ਕਿਸਾਨੀ ਦਾ? ਕਿਸਾਨੀ ਬਹੁਤ ਔਖੀ ਘਾਟੀ ਹੈ, ਕੋਈ ਸੌਖਾ ਹਾਸਾ ਤਮਾਸਾ ਨਹੀਂ, ਖੂਨ ਪਰਸੀਨਾ ਲਾ ਕੇ ਕਿਸਾਨੀ ਬਣਦੀ ਹੈ, ਦਾਣੇ ਉੱਗਦੇ ਹੈ, ਐਡੀਆਂ ਠੰਡਾਂ ਦੇ ਵਿੱਚ ਵੀ ਖੇਤਾਂ 'ਚ ਅਸੀਂ ਪਾਣੀ ਧਾਣੀ ਲਾਉਂਦੇ ਹਾਂ, ਕਮਾਈ ਕਰਦੇ ਹਾਂ, ਅਤੇ ਗਰਮੀਆਂ 'ਚ ਵੀ ਪਸੀਨਾ ਲਹੂ ਕਮਾ ਕੇ ਕਮਾਈ ਹੁੰਦੀ ਹੈ।